एक
खरे आपे पर खड़ा नानक पारख आप जिन खोटे खराब छाने एक खोटे एक खरे पर खंडार हरे खजाने पाइए पारख आप हरे खजाने पाइए खोटे सुपिए बाहर बार पारख आप जिन्ना रास ना सच जिन्ना रास ना सच है मन तन खोटा होए पारख आप खोटे बनज बनजिया मन तन खोटा हो हाही हाथे मिर्ग जाओ दुख ओत तो भाव है खजाना कोई भी संसार का मनुख सियाना मनुख समझदार मनुख अपने खजाने विच अपने पोत विच खोटे सिक्के नहीं रखते जीवन असी कुछ खास जीवन के मकसद समझने लिए एकत्र होने ठीक है अज जो रुकावट कारण रस्ते की रुकावट कारण हो सकता है कुछ इस एक ओंकार परिवार के जी वापस भी परत गए पर मेरा चित चाहता हूं कि जिन्ने के असी बैठिए असी कुछ समझिए स्टडी करते इसलिए इस ट्रस्ट का नाम एक ओंकार परिवार रखा सन एक ओंकार स्टडी सर्कल स्टडी का मतलब भी है विचार इसलिए इस सत्संग का नाम भी गुरु ग्रंथ साहिब अकैडमी सी अकैडमी का मतलब भी है जिथे बैठ के असी कुछ विचार कर सकिए स्टडी कर सकिए जेड़े जीवन दे जरूरी सब्जेक्ट ने उन्हां नूं कम से कम इत्थे आउण वाले परिवार दे जरूर चंगी तरह स्टडी कर सकते बस मेरे मन दी इन्नी क ख्वाहिश है आज एक सब्जेक्ट है कि संसार अंदर सब कुछ सच नहीं
ਇੱਥੇ ਹਰ ਇੱਕ ਪਹਿਲੂ ਤੋਂ ਦੋ ਚੀਜ਼ਾਂ ਦੀ ਹੋਣ ਹੈ। ਇੱਥੇ ਸੱਚ ਵੀ ਹੈ, ਝੂਠ ਵੀ ਹੈ। ਇੱਥੇ ਦਿਨ ਵੀ ਹੈ, ਇੱਥੇ ਰਾਤ ਵੀ ਹੈ। ਦਿਨ ਕੁਝ ਗਿਆਨ ਦਿੰਦਾ ਹੈ, ਸਮਝਾਉਂਦਾ ਹੈ, ਦਿਨੇ ਪਛਾਣ ਹੁੰਦੀ ਹੈ, ਰਾਤ ਸਾਰੀ ਪਛਾਣ ਗੁਆ ਦਿੰਦੀ, ਕੇਵਲ ਤੇ ਕੇਵਲ ਠੇਡੇ ਹੀ ਦਿੰਦੀ। ਦਿਨ ਨੂੰ ਮਨੁੱਖ ਕੁਝ ਜੋੜਦਾ ਹੈ, ਕਮਾਉਂਦਾ ਹੈ, ਰਾਤ ਨੂੰ ਚੋਰੀ ਹੋ ਜਾਂਦੀ। ਦੋਹਾਂ ਚੀਜ਼ਾਂ ਵਿੱਚ ਅੰਤਰ ਹੈ। ਇਸੇ ਲਈ ਗੁਰੂ ਨੇ ਬਾਣੀ ਦੀ ਇੱਕ ਲਾਈਨ ਵਿੱਚ ਆਖ ਦਿੱਤਾ ਕਿ ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਦੋਵੇਂ ਫਲ ਲੱਗੇ ਹੋਏ। ਇੱਥੇ ਸੱਚ ਵੀ ਹੈ, ਝੂਠ ਵੀ ਹੈ। ਇੱਥੇ ਖੋਟ ਵੀ ਹੈ ਤੇ ਖਰਾ ਵੀ ਹੈ। ਹੁਣ ਇਹੋ ਕਾਰਨ ਹੈ ਮਨੁੱਖ ਦੀ ਚੇਤਨਾ ਦੀ ਲੋੜ ਕਿਉਂ, ਕਿਉਂਕਿ ਮਨੁੱਖ ਨੂੰ ਹਰ ਥਾਵੇਂ ਪਰਖ ਚਾਹੀਦੀ ਹੈ। ਪਰਖ ਚਾਹੀਦੀ, ਛੋਟੀਆਂ ਛੋਟੀਆਂ ਚੀਜ਼ਾਂ ਨੂੰ ਪਰਖਣ ਲਈ ਤੇ ਮਨੁੱਖ ਆਪ ਸਿਆਣਾ ਹੈ। ਉਹਨੇ ਛੋਟੀਆਂ ਛੋਟੀਆਂ ਕਾਢਾਂ ਕੱਢ ਲਈਆਂ। ਬਜ਼ੁਰਗ ਜਾਣਦੇ ਨੇ ਕੁਮਾਰ ਦੇ ਦੁਕਾਨ ਤੇ ਜਾਂ ਘਰ ਵਿੱਚ ਕੱਚੇ ਭਾਂਡੇ ਖਰੀਦਣ ਜਾਂਦੇ ਸਨ ਤੇ ਬਜ਼ੁਰਗਾਂ ਨੂੰ ਪਤਾ ਹੈ ਭਾਂਡਾ ਹੱਥ ਵਿੱਚ ਚੁੱਕਿਆ ਠੋਕਰ ਮਾਰਦੇ ਸਨ। ਠੋਕਰ ਨਾਲ ਅੰਦਰੋਂ ਇੱਕ ਆਵਾਜ਼ ਆਉਂਦੀ ਸੀ ਤੇ ਆਵਾਜ਼ ਤੋਂ ਮਨੁੱਖ ਪਛਾਣ ਲੈਂਦਾ ਸੀ, ਪਰਖ ਲੈਂਦਾ ਸੀ ਕਿ ਇਹ ਭਾਂਡਾ ਕਿਤੋਂ ਟੁੱਟਿਆ ਹੋਇਆ, ਕ੍ਰੈਕ ਹੋਇਆ ਹੋਇਆ, ਜਾਂ ਬਹੁਤਾ ਕੱਚਾ ਤਾਂ ਨਹੀਂ ਜਿਹੜਾ ਛੇਤੀ ਟੁੱਟ ਜਾਏ। ਪਰ ਬੜੀ ਨਿਪੁਣੀ ਜਿਹੀ ਚੀਜ਼ ਸੀ, ਉਹਦੀ ਪਤਾ ਪਰਖ ਕਰ ਲਈ। ਜਿਉਂ ਜਿਉਂ ਚੀਜ਼ਾਂ ਕੀਮਤੀ ਹੁੰਦੀਆਂ ਗਈਆਂ, ਉਹਨਾਂ ਲਈ ਚੇਤਨਤਾ ਦੀ ਜ਼ਿਆਦਾ ਜ਼ਰੂਰਤ ਸੀ। ਮੈਂ ਚਾਹੁੰਦਾ ਆਪਾਂ ਇਸ ਸਬਜੈਕਟ 'ਤੇ ਬਕਾਇਦਾ ਸਟੱਡੀ ਵਾਂਗੂ ਕੋਈ ਗੁਰਬਾਣੀ ਵਿੱਚੋਂ ਕਰੀਏ। ਕਮ ਸੇ ਕਮ ਇੱਥੇ ਆਉਣ ਵਾਲੇ ਵੀਰ ਭੈਣਾਂ ਉਹ ਗੁਰਬਾਣੀ ਪ੍ਰਤੀ ਬੜੇ ਗੂੜ੍ਹ ਚੰਗੀ ਤਰ੍ਹਾਂ ਜਾਣਨ ਵਾਲੇ, ਉਹਨਾਂ ਨੂੰ ਬੇਫਿਕਰੀ ਹੋਵੇ ਕਿ ਸਾਡੇ ਨਾਲ ਕਦੇ ਧੋਖਾ ਨਹੀਂ ਹੋ ਸਕਦਾ। ਜਿਉਂ ਜਿਉਂ ਮਨੁੱਖ ਦੀ ਦੇ ਸਾਹਮਣੇ ਚੀਜ਼ਾਂ ਕੀਮਤੀ ਆਉਂਦੀਆਂ ਗਈਆਂ, ਤਿਉਂ ਤਿਉਂ ਮਨੁੱਖ ਦੀ ਚੇਤਨਤਾ ਉੱਥੇ ਆ ਕੇ ਘਬਰਾ ਗਏ। ਚਲੋ ਦੋ ਪੈਸੇ ਦੀ, ਰੁਪਏ ਦੋ ਰੁਪਏ ਦੀ ਕੁੰਨੀ ਖਰੀਦਣ ਲੱਗੇ ਤੇ ਚਲੋ ਕੱਚੀ ਵੀ ਆ ਗਈ, ਤੋਂ ਬਹੁਤਾ ਨੁਕਸਾਨ ਨਹੀਂ। ਪਰ ਜੇ ਕੋਈ ਕੀਮਤੀ ਚੀਜ਼ ਨੂੰ ਮੈਂ ਨਾ ਪਛਾਣ ਸਕਿਆ ਤੇ ਉੱਥੇ ਬਹੁਤ ਕੁਝ ਗੁਆ ਬੈਠਾਂਗਾ। ਇਸ ਲਈ ਉੱਥੇ ਆ ਕੇ ਮਨੁੱਖ ਨੇ ਘਬਰਾ ਕੇ ਪਰਖਣ ਵਾਲੇ ਦੂਜੇ ਬਣਾ ਲਏ। ਔਰ ਗੱਲ ਵੀ ਠੀਕ ਹੈ, ਉਹਨੂੰ ਵੀ ਚਾਹੀਦੀ। ਗੁਰੂ ਨੇ ਵੀ ਬਾਣੀ ਵਿੱਚ ਅਗਵਾਈ ਕੀਤੀ, ਆਪਾਂ ਬਾਣੀ ਤੋਂ ਅਗਵਾਈ ਲੈਣੀ। ਗੁਰੂ ਨੇ ਆਖਿਆ ਜੇ ਆਪ ਪਰਖ ਨਾ ਆਵੇ ਤਾਂ ਪਰਖੀਆਂ ਪਾਸੋਂ ਲੈ ਪਰਖਾਏ। ਜਿਸ ਚੀਜ਼ ਦੀ ਆਪ ਨੂੰ ਸਮਝ ਨਾ ਆਵੇ, ਜੇ ਪਰਖ ਨਾ ਹੋਵੇ, ਜਿਹੜਾ ਪਰਖਣ ਜਾਣਦਾ ਉਹਦੇ ਕੋਲੋਂ ਪਰਖਾ ਲੈ, ਪਰ ਪਰਖਾ ਜ਼ਰੂਰ ਲੈ। ਇਹ ਨਾ ਹੋਵੇ ਕਿ ਖੋਟੇ ਤੇ ਖਰੇ ਦੀ ਪਰਖ ਹੀ ਨਾ ਹੋ ਸਕੇ। ਫੈਸਲਾ ਗੁਰਬਾਣੀ ਦਾ, ਜੇ ਆਪ ਪਰਖ ਨਾ ਹੋਵੇ ਤਾਂ ਪਰਖੀਆਂ ਪਾਸੋਂ ਲੈ ਪਰਖਾਏ, ਤਾਂ ਕਿ ਕੋਈ ਮਹਿੰਗੀ ਚੀਜ਼ ਦਾ ਸੌਦਾ
ਬਿਨਾਂ ਪਰਖਣਾ ਕਰ ਪਵੇ। ਤੈਨੂੰ ਇਹ ਪਤਾ ਹੋਵੇ ਕਿ ਇਸ ਸੰਸਾਰ ਵਿੱਚ ਖੋਟੇ ਤੇ ਖਰੇ ਦੋਨੋਂ ਹੀ ਨੇ। ਇਹ ਵੀ ਤੈਨੂੰ ਪਤਾ ਹੈ ਕਿ ਖੋਟੇ ਨੂੰ ਕੋਈ ਆਪਣੇ ਖਜ਼ਾਨੇ ਵਿੱਚ ਨਹੀਂ ਰੱਖਦਾ। ਇਹ ਵੀ ਬਾਣੀ ਦਾ ਫੈਸਲਾ ਹੁਣੇ ਤੋਂ ਕਾਈ ਸੀ। ਸਭੇ ਨਾ ਪੜੋ
ਰਾਧਕੋ ਲਾਸੇ ਨਾਲ ਸੁਣਾਈ ਸੀ। ਅਖੀਰ ਨੂੰ ਜਦੋਂ ਜਾ ਕੇ ਦੇਖਿਆ ਸਤਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੋਲ ਪਰ ਰਲਾਉਣ ਵਾਲੇ ਨੇ ਕਿੱਡੀ ਰਲਾਈ, ਉਹ ਅੱਜ ਵੀ ਗੁਟਕੇ ਪੜ੍ਹ ਸਕਦੇ ਹੋ, ਬਾਣੀ ਵਿੱਚ ਬੈਠੀ ਹੈ। ਨਾਨਕ ਸਾਹਿਬ ਦਾ ਗੁਟਕਾ, ਟਕ ਸਾਹਿਬ ਦਾ ਗੁਟਕਾ ਲੈ ਆਓ ਰਹਿਦਾਸ ਦਾ, ਉਹਦੇ ਵਿੱਚ ਅੱਜ ਵੀ ਪੜ੍ਹ ਸਕਦੇ ਅਤੇ ਆਪੇ ਪੱਠੀ ਕਲਮਾ ਆਪ ਉੱਪਰ ਲਿਖ ਵੇ ਤੂੰ ਤੂੰ ਅਗਲੀ ਤੁੱਕ ਕਿਹੜੀ ਲਿਖੀ ਹੋਈ ਹੈ ਬਕਾਇਦਾ ਬਾਣੀ ਵਿੱਚ, ਬਾਣੀ ਮਿਲਾ ਕੇ ਲਿਖੀ। ਭਲਾ ਉਹਦੇ 'ਚ ਰੋਜ਼ ਪੜ੍ਹਨ ਤੋਂ ਬਾਅਦ ਸੰਸਕਾਰ ਨਹੀਂ ਬਣਨਗੇ ਕਿ ਬਾਣੀ ਕਰ ਰਿਹਾ ਸਰ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਜੇ ਸਾਥ ਰੱਖੀਏ ਦੀਜੇ ਰਲਾਏ, ਪਰ ਜਾਂ ਪਰਖੀਏ ਖੋਟੇ ਹੋਏ ਜਾਏ। ਕਹਿਣ ਲੱਗੇ ਗੱਲ ਤਾਂ ਪਰਖਣ ਦੀ ਹੈ, ਜਿਹਨੇ ਰਲਾਇਆ ਹੈ ਨਾ ਉਹਨੇ ਬੜਾ ਕੁਝ ਰਲਾ ਦਿੱਤਾ ਹੈ, ਗੱਲ ਤਾਂ ਪਰਖਣ ਦੀ ਸੀ। ਹੁਣ ਇੱਥੇ ਰੁਕਣਾ ਚਾਹੁੰਦਾ, ਗੁਰਬਾਣੀ ਦੇ ਅੰਦਰੋਂ ਕਿਸ਼ਤੀ ਮਿਲ ਜਾਂਦੀ ਹੈ। ਗੁਰੂ ਕਹਿੰਦੇ ਨੇ ਕਿ ਜੇ ਕਦੀ ਕਸ ਕਸਵੱਟੀ ਲਾਈਏ ਜਦੋਂ ਕਸ ਕੇ ਕਸਵੱਟੀ ਲਾਈ ਜਾਏ ਉਸ ਪੱਥਰ ਤੇ ਕਸਾਇਆ ਜਾਏ ਜਿਹੜਾ ਸੱਚ ਤੇ ਝੂਠ ਦੱਸ ਦੇਵੇ। ਸੋਨਾ ਲੈ ਕੇ ਜਾਓ ਨਾ, ਕਦੇ ਤੁਹਾਡੇ ਕਹਿਣ ਤੇ ਵਿਸ਼ਵਾਸ ਨਹੀਂ ਕਰਦੇ ਸੁਨਾਰੇ, ਉਸੇ ਵਕਤ ਗਹਿਣਾ ਫੜਦੇ ਨੇ, ਇੱਕ ਪੱਥਰ ਦੀ ਵੱਟੀ ਤੇ ਕਸਾਉਂਦੇ ਨੇ ਤੇ ਕਸਾ ਕੇ ਉਹਦੇ ਅੰਦਰਲੇ ਰੰਗ ਨੂੰ ਵੇਖਦੇ ਹੀ ਉਹਨੂੰ ਪਤਾ ਲੱਗ ਜਾਂਦਾ ਕਿ ਕਿੰਨੇ ਕੈਰੇਕਟਰ ਹੈ। ਗੱਲ ਤਾਂ ਪਰਖਣ ਦੀ, ਤੇ ਜਿਹਨੇ ਪਰਖ ਲਿਆ ਉਹ ਹੁਣ ਖੋਟੇ ਨੂੰ ਆਪਣੇ ਖਜ਼ਾਨੇ ਵਿੱਚ ਕਿਵੇਂ ਰੱਖੇ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਗੁਰੂ ਨੇ ਇੱਕ ਕਸਵੱਟੀ ਆਪਣੇ ਹੱਥ ਰੱਖ ਲਈ। ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣੇ, ਕਿਸੇ ਤੇ ਵਿਸ਼ਵਾਸ ਨਹੀਂ, ਪਰਖ ਆਪ ਬਣ ਬੈਠਾ। ਤੇ ਜਦੋਂ ਪਰਖ ਲਿਆ ਤੇ ਪਰਖ ਕੇ ਆਖਿਆ ਕਿ ਇਹ ਨਾ ਹੋਵੇ ਇਹ ਖਰੀ ਚੀਜ਼ ਖੋਟੇ ਵਿੱਚ ਮਿਲ ਜਾਏ, ਖੋਟ ਇਹਦੇ ਵਿੱਚ ਪੈ ਜਾਏ, ਪਹਿਲਾਂ ਤਾਂ ਹੋਊਗਾ, ਖੋਟਾ ਵੀ ਹੈ ਸੰਸਾਰ ਵਿੱਚ। ਗੁਰੂ ਨੂੰ, ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਐਵੇਂ ਨਹੀਂ ਕਹਿਣਾ ਪਿਆ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਣੀ। ਗੁਰੂ ਨੂੰ ਐਵੇਂ ਨਹੀਂ ਚੇਤਨਾ ਦੇਣੀ ਪਈ ਤੇ ਕਹਿਣ ਲੱਗੇ ਸਤਿਗੁਰ ਕੀ ਰੀਸੇ ਹੋਰ ਕੱਚ ਵਿੱਚ ਬੋਲਦੇ। ਪਰਖਣ ਦੀ ਲੋੜ ਹੈ, ਮੈਨੂੰ ਪਰਖਣੇ ਤੁਹਾਨੂੰ ਪਰਖਣੇ ਹੋ ਸਕਦਾ, ਪਰ ਆਖਰ ਜਿਹਦੇ ਕੋਲ ਪਰਖ ਹੈ ਉਹਦੀ ਗੱਲ ਤਾਂ ਨਹੀਂ ਹੈ, ਪਰ ਗੁਰੂ ਕੋਲ ਤਾਂ ਹੈ ਨਾ। ਆ ਇੱਕ ਲਫ਼ਜ਼ ਬਾਣੀ ਦਾ ਹੈ, ਗੁਰੂ ਕਹਿੰਦੇ ਨੇ ਸੱਚ ਕੀ ਹੈ ਉਹਨਾਂ ਸੱਚ ਦੀ ਵਸਤੂ ਨੂੰ ਸੰਭਾਲ ਲਿਆ।
ये सोची गुरु कौन सा गुरु ने वस्तु परखया नानक पारख आप ते ओ वस्तु जेड़ी उन चंगी लगी भी ये सच है उन्हों संभाल लिया आ श्री गुरु ग्रंथ साहिब दा पहला संपादन की है गुरु अर्जुन पातशाह जी ने श्री गुरु ग्रंथ साहिब दी पहली संपादना क्यों की थी ये सोच के कि पारखियां वस्त संभाल मेरा गुरु आख रहा है सतगुरु की जी से और का चित बोल दे इंदा बटुर कोट पैदा हो गया ते जीवे च मिलावट हो गई कल मुख मैं अपनी हथी संभाल लवा सोचियो एक पासे आख रहे ने गुरु नानक की शब्द गुरु सुर तुम चेला एक पासे गुरु आख रहे ने बाणी गुरु गुरु है बाणी पहले ही आख रहे ने पर संपादना करन तो बाद भी गुरियाई अजे नहीं दिती जे नहीं सी उस तो 100 साल बाद लगभग गुरु दसम पातशाह जी बना के गुरियाई दी आप मैं कहना कि आप बैठ के कम से कम सारी गल स्टडी कर 100 साल बाद 100 साल पहले ही गुरु अर्जुन पातशाह जी को एक करने की लोड़ क्यों पड़ी केवल इस लई के परख करके इस हालात में वेख के सतगुरु की रीसे होर कच पिच बोलन वाले पैदा हो गए ने वत संभाल ले पारखियां वत संभाल ले गुरसो जी हो और अपनी रस्सियां तो पट ने भी आख्या कहने लगे ਸ਼ਰੀ ਵੇਲੇ ਦੀ ਸੰਪਾਦਨਾ ਜਿੰਦੀ ਲੋੜ ਪ੍ਰਤੀਤ ਕੀਤੀ ਕਿ ਆ ਪਾਰਖੀਆਂ ਵਸਤ ਸੰਭਾਲ ਲਏ ਕਹਿੰਦੇ ਕਿ ਕੋਈ ਮਿਲਾਵਟ ਨਾ ਹੋ ਜਾਏ ਮੈਂ ਪਹਿਲਾਂ ਹੀ ਆਪਣੀ ਮੌਜੂਦਗੀ ਵਿੱਚ ਦੇਖ ਕੇ ਫੈਸਲਾ ਕਰਾਂ ਕਿ ਉਦੋਂ ਕਾਨਾ ਨਹੀਂ ਆਇਆ ਭਾਈ ਕਾਨਾ ਆਇਆ ਭਾਈ ਛੱਜੂ ਆਇਆ ਉਹਨਾਂ ਵੀ ਆਪਣੀਆਂ ਰਚਨਾਵਾਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਸਾਹਮਣੇ ਪੇਸ਼ ਕੀਤੀਆਂ ਜਿੱਥੇ ਇੰਨੇ ਮਹਾਂਪੁਰਸ਼ਾਂ ਦੀ ਬਾਬਾ ਕਬੀਰ ਬਾਬਾ ਫਰੀਦ ਨਾਮਦੇਵ ਦੀ ਇੰਨੀਆਂ ਰਚਨਾਵਾਂ ਨੂੰ ਇਕੱਤਰ ਕਰਕੇ ਸੰਭਾਲ ਰਹੇ ਹੋ ਸਾਡੀਆਂ ਰਚਨਾਵਾਂ ਨੂੰ ਵੀ ਥਾਂ ਦਿਓ ਪਰ ਨਾਨਕ ਪਾਰਖ ਆਪ ਮੈਂ ਤਾਂ ਇਹ ਹੈਰਾਨ ਹੂੰ ਨਾ ਗੁਰੂ ਕੁਝ ਛੱਡ ਰਿਹਾ ਕੁਝ ਪਾ ਰਿਹਾ ਕੁਝ ਛੱਡ ਰਿਹਾ ਛੱਡਣ ਵਾਲੀ ਜਿਹੜੀ ਚੀਜ਼ ਸਿਕਾਣਾ ਦੀ ਨਹੀਂ ਪਾਈ ਛੱਜੂ ਦੀ ਨਹੀਂ ਪਾਈ ਈਵਨ ਜਹਾਂਗੀਰ ਵਰਗੇ ਵਕਤ ਦੇ ਬਾਦਸ਼ਾਹ ਉਹਦੇ ਪ੍ਰਭਾਵ ਹੇਠ ਆ ਕੇ ਉਹ ਵੀ ਕੁਛ ਲਿਖਾਉਣਾ ਹੀ ਚਾਹੁੰਦਾ ਸੀ ਨਾ ਇਹਦੇ ਵਿੱਚ ਮੈਂ ਨਹੀਂ ਪਾ ਸਕਦਾ ਸੱਚ ਨੂੰ ਇਕੱਤਰ ਕਰਨਾ ਹੈ ਕਿਸੇ ਦੀ ਖੁਸ਼ਾਮਦ ਕਿਸੇ ਦੀ ਹੋਮੇ ਇਕੱਤਰ ਨਹੀਂ ਕਰਨੀ ਸਾਡੇ ਸਾਹਮਣੇ ਸਭ ਕੁਛ ਔਰ ਗੁਰੂ ਅਰਜਨ ਪਾਤਸ਼ਾਹ ਜੀ ਨੇ ਪਹਿਲੀ ਸੰਪਾਦਨਾ ਕਰ ਦਿੱਤੀ ਲਿਹਾਜ਼ ਉਦੋਂ ਤੋਂ ਬਾਅਦ ਵੀ ਨਹੀਂ ਜੇ ਹੋਇਆ ਜਿਨ੍ਹਾਂ ਦੇ ਮਨ ਦੀ ਆਦਤ ਸੀ ਸੁਭਾਅ ਸੀ ਇਹ ਅੱਜ ਹੀ ਨਹੀਂ ਹੋ ਰਿਹਾ ਸਦੀਆਂ ਤੋਂ ਹੋ ਰਿਹਾ ਉਸ ਤੋਂ ਬਾਅਦ ਵੀ ਜਿਹਦੇ ਹੱਥ ਆਏ ਕਿਸੇ ਨੇ ਕੋਸ਼ਿਸ਼ ਕੀਤੀ ਮੀਰਾ ਬਾਈ ਦਾ ਸਲੋਕ ਸ਼ਬਦ ਵਿੱਚ ਪਾ ਦਿੱਤਾ ਕਿਸੇ ਕਿਸੇ ਬੀਜ ਵਿੱਚ ਹੈ ਕਿਸੇ ਬੀਜ ਵਿੱਚ ਪ੍ਰਚਲਿਤ ਕਿਉਂਕਿ ਗੁਰੂ ਸਾਹਿਬ ਨੇ ਆਪਣੇ ਸਮੇਂ ਦੇ ਨਾਲ ਜੋ ਆਪਣੇ ਸਾਹਮਣੇ ਸੰਪਾਦਨਾ ਕੀਤੀ ਸੀ ਉਹਦੇ ਵਿੱਚ ਰਲਾ ਨਹੀਂ ਸੀ ਹੋ ਸਕਦਾ ਉਤਾਰੇ ਵਿੱਚ ਕਿਸੇ ਨੇ ਮੀਰਾ ਬਾਈ ਦਾ ਸ਼ਬਦ ਪਾਤਾ ਉਹ ਵੀ ਕਈ ਬੀਜ ਵਿੱਚ ਹੈ ਪਰ ਚਲੋ ਇੱਕ ਫਰਕ ਮੈਂ ਹਰ ਚੀਜ਼ ਜਾਣਾ
बैठ के विचार और एक खुला सद्दा भी देना, कोई स्टडी के लिहाज नाल वीर बैठ के विचार करना चाहे, हर वक्त दरवाजा खुला है, बैठ के अगे पीछे भी विचार कर सकता। गुरु अर्जुन पातशाह जी ने रात भी एक लड़ा ऐसा एक नियम रखा है ऐसी कि जिंदी रचना पानी है उनका उत्ते ना लिखना है। तो खानी कर जी महला पंजवें दे नाल कबीर दा लफ़ज़ है ते नाल कबीर जी दी बाणी लिख के नाल महला पंजवां नाल रलाए लिखिया कहता बाणी भगत कबीर जी उठे महला पंजवां नाल रलाए लिखिया हैडिंग दे तो खाने जे मर्दाने दा ख्याल आया लिख गुरु नानक ने बाणी दी उत्थे लिखदा महला पहला मर्दाना दो चीजां नूं इकट्ठी कर लिया निशब किसी ने समझिया भी मीरा भाई तो भगत है भावें किसी को चलो इनका ना लिख दो जिन्हें पौनी सी उन्हें किसी भीड़ उतारे बिच पाया उत्ते मीरा भाई का ना लिख दिया पर गुरु ने जो कुछ फैसला करना सी पहले कर लिया हूँ राग माला लिखने वाले ने तय भी बड़ा मुश्किल बन गई हूँ माधव नाल ते काम कंदला का ना किवें लिखे मीराबाई का शब्द जिस किसी एक पोथी विच किसी ने उतारे विच पाया उत्थे भी मीराबाई का ना इसलिए कोई उला पानी खोरे चलो भगत है प्रवान हो जाएगी रागमला लिखने वाले ने तो सोचा भी मैं हूँ काम कंदला का माधव नल का ना कि मेरे खाने बेचारे ना ही छड़ दिता कुछ भी नहीं लिखा हूँ यह मर्यादा गुरु की भी नहीं सी जो गुरु लिख दे तो कम से कम ना जरूर लिख दे क्योंकि गुरमुख विच गुरु घर विच यह मर्यादा रही गुरु अर्जन पातशाह जी ने जी संपादना की उनके मर्यादा सी कि जिंदी चीज़ है उनका ना लिखो समझन वालिया ने सी रोज जिन्हों मथा टेकने जिन्हों गुरु आखने उनके बारे कोई समझन की कोशिश नहीं कर रहा ना ही कोई तारख ने जवाब दे दिता जिहड़ी चीज गलत सी कर्ण नूं छज्जू नूं जहांगीर नूं पृथ्वी चंद नूं मेहरवान नूं ओह तां बाणी रचदे सन उहनां दी बाणी दे ग्रंथ अज भी मौजूद ने पिछली बार मैं तुहानूं दस्सिया उत्थे उपर पिआ पृथ्वी चंद दी रचना जिहड़ा नानक शब्द वेख के पातशाही छेवीं लिखदा महला छेवां लिखदा राग श्री राग महला छेवां हुण श्री गुरु ग्रंथ साहिब महला छेवां है ने बिल्कुल पोथी पई है उनके शब्द थले नानक शब्द भी है हू बहु रलाण वास्ते विच मिलाण वास्ते ताकि रला के बिठाता जाए ये साथ रखिए दीजिए रलाए या परखिए खोटा हो जाए मेहमान ने सतवें अपने आप को सतवें पातशाही महला सतवां लिखना शुरू करता पृथ्वी चंद ने छेवां लिखना शुरू कर दिता पर गुरु ने प्रवान नहीं किया मजबूरन उन्होंने एक वक्रियां पोथियां अज सदियों बाद बनानिया पईआं जिन्हां ने मिलावट साबित करनी सी विच नहीं साबित ना महला छेवां साबित हो सकिया विच प्रवेश कर सकिया ना महला सतवां कर सकिया
ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵੀ ਉਸ ਮਰਿਆਦਾ ਨੂੰ ਕਾਇਮ ਰੱਖਿਆ ਕਿ ਆਪਣੇ ਹੱਥੀਂ ਜੋ ਕੁਛ ਕਰਨਾ ਕਰਨਾ, ਕਿਸੇ 'ਤੇ ਨਹੀਂ ਛੱਡਣਾ। ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣੀ। ਗੁਰੂ ਦਸਮ ਪਾਤਸ਼ਾਹ ਜੀ ਨੇ ਵੀ ਆਪਣੀ ਮੌਜੂਦਗੀ ਵਿੱਚ ਸੰਪਾਦਨਾ ਕਰਾਈ, ਉਹਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਆਪ ਪਾਈ, ਜੇ ਕੋਈ ਹੋਰ ਪਾਣੀ ਚਾਹੁੰਦੇ ਆਪ ਪਾ ਲੈਂਦੇ, ਕਿਉਂਕਿ ਆਪਣੇ ਮੌਜੂਦਗੀ ਵਿੱਚ ਸੰਪਾਦਨਾ ਕਰਾਈ, ਕਿਸੇ 'ਤੇ ਨਹੀਂ ਛੱਡਿਆ। ਇਹ ਫੈਸਲਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਆਪਣਾ ਸੀ। ਉਸ ਸੰਪਾਦਨਾ ਵਿੱਚ ਜਿਹੜੀ ਵੀ ਚੀਜ਼ ਆ ਜਾ ਸਾਨੂੰ ਪਰਵਾਹ ਨਹੀਂ, ਕਿਉਂਕਿ ਉਹ ਪਹਿਲੀ ਜਿਹੜੀ ਗੁਰੂ ਅਰਜਨ ਪਾਤਸ਼ਾਹ ਜੀ ਦੀ ਸੰਪਾਦਨਾ, ਦੂਜੀ ਗੁਰੂ ਦਸਮ ਪਾਤਸ਼ਾਹ ਜੀ ਦੀ ਸੰਪਾਦਨਾ। ਉਹਦੇ ਵਿੱਚ ਕੋਈ ਚੀਜ਼ ਆ ਜਾਏ ਗੁਰੂ ਦੀ ਸੰਪਾਦਨਾ, ਗੁਰੂ ਦਾ ਫੈਸਲਾ। ਪਰ ਮੈਂ ਦੁੱਖ ਨਾਲ ਇੱਕ ਗੱਲ ਅੱਜ ਕਹਿਣਾ ਚਾਹੁੰਦਾ, ਕੇਵਲ ਸਮਝਣ ਸਮਝਾਉਣ ਲਈ। ਡੈਮੋਕ੍ਰੇਸੀ ਦਾ ਯੁੱਗ ਹੈ, ਇੱਥੇ ਬਹੁਤ ਗਿਣਤੀ ਦੀ ਵੈਲਿਊ ਹੈ। ਬੜੀ ਚੁਸਤੀ ਨਾਲ ਉਹਨਾਂ 20, 25, 50, 100, 200 ਵਿਅਕਤੀਆਂ ਦਾ ਨਾਂ ਗੁਰੂ ਪੰਥ ਰੱਖ ਲਿਆ। ਹੁਣ ਕੀ ਹੈ, ਹੁਣ ਤੁਸੀਂ 50 ਆਦਮੀ ਦੀ ਗੱਲ ਮੰਨੋ, ਗੁਰੂ ਤਾਂ ਵਿਚਾਰਾ ਇੱਕੋ ਹੀ ਹੈ, ਉਹ ਤਾਂ ਇੱਕ ਬਾਣੀ ਇੱਕ ਗੁਰੂ। ਆ ਮਸਲਾ ਜਿਹੜੀ ਗੱਲ ਗੁਰੂ ਦੀ ਹੋਵੇ ਉਹਨੂੰ ਟਾਲ ਕੇ ਜੇ ਮਨੁੱਖਾਂ ਦੀ ਗੱਲ ਦਾ ਰਲਾ ਪਾਉਣਾ ਹੋਵੇ, ਸਾਡੇ ਸਾਹਮਣੇ ਬੜਾ ਸੋਹਣਾ ਸਵਾਲ ਆ ਗਿਆ, ਉਹ ਜੀ ਗੁਰੂ ਪੰਥ ਦਾ ਫੈਸਲਾ। ਗੁਰੂ ਦੇ ਫੈਸਲੇ ਨਾਲੋਂ ਗੁਰੂ ਪੰਥ ਦਾ ਫੈਸਲਾ ਵੱਡਾ, ਕਿਉਂਕਿ ਉੱਥੇ 50-50 ਨੇ ਕਰਨ ਵਾਲੇ ਫੈਸਲਾ, ਗੁਰੂ ਵਿਚਾਰਾ ਇੱਕੋ ਹੀ ਹੈ, ਇੱਕਾ ਬਾਣੀ ਇੱਕ ਗੁਰੂ। ਡੈਮੋਕ੍ਰੇਸੀ ਅਸੀਂ ਕਹਿੰਦੇ ਹਾਂ ਜੀ, ਜਿਹੜਾ ਗੁਰੂ ਪੰਥ ਦਾ ਫੈਸਲਾ ਹੈ ਉਹਨੇ ਵੀ ਸਿਰਫ ਗੁਰੂ ਦੀ ਗੱਲ ਵੇਖੋ, ਕੋਈ ਗੱਲ ਨਹੀਂ। ਹੁਣ ਇੱਕ ਦੀ ਗੱਲ ਮੰਨੀਏ ਕਿ ਅਸੀਂ 50 ਦੀ ਮੰਨੀਏ, ਯੁੱਗ ਹੈ ਡੈਮੋਕ੍ਰੇਸੀ ਦਾ, ਇੱਥੇ ਬਹੁਤ ਗਿਣਤੀ ਦਾ ਮਸਲਾ, ਸਾਡੇ ਸੰਸਕਾਰ ਬਣ ਚੁੱਕੇ ਨੇ, ਅਸੀਂ ਜਿਹੜੇ ਗੱਲ ਬਹੁਤੇ ਕਹਿਣ ਉਹ ਮੰਨਣੇ ਆ, ਭਾਵੇਂ ਇੱਕ ਗੱਲ ਕਹਿਣ ਵਾਲਾ ਸੱਚਾ ਹੋ। ਹੁਣ ਮੈਂ ਤੁਹਾਡੇ ਸਾਹਮਣੇ ਸਵਾਲ ਰੱਖਣਾ ਚਾਹੁੰਦਾ ਕਿ ਬਹੁਤ ਗਿਣਤੀ ਸਾਨੂੰ ਆ ਕੇ ਆਖੇ ਕੋਈ ਕੰਮ ਉਹ ਮੰਨੋਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਆਖੇ ਉਹ ਮੰਨੋਗੇ, ਗੁਰੂ ਦੀ ਗੱਲ, ਗੁਰੂ ਇਕੱਲਾ ਜੇ ਬਿਲਕੁਲ, ਮੈਂ ਇਸ ਪਾਸੇ ਬਹੁਤ ਗਿਣਤੀ 'ਚ ਨਹੀਂ ਜੇ ਡੈਮੋਕ੍ਰੇਸੀ ਹੈ। ਇਹ ਤੁਹਾਡੇ ਸਾਹਮਣੇ ਸਵਾਲ ਹੈ, ਗੁਰੂ ਨੇ ਜਦੋਂ ਵੀ ਗੱਲ ਕਰਨੀ ਇਕੱਲੇ ਨਹੀਂ ਕਰਨੀ। ਜੇ ਭਰਾ 20, 50, 100 ਆਦਮੀ ਆ ਕੇ ਤੁਹਾਨੂੰ ਗੱਲ ਆਖੇ ਉਹ ਮੰਨੋਗੇ ਕਿ ਗੁਰੂ ਆਖੇ ਉਹ ਮੰਨੋਗੇ, ਉੱਥੇ ਕਿਤੇ ਇਹ ਨਾ ਸੋਚੀ ਪੈ ਜਿਓ ਵੀ ਇਹ ਡੈਮੋਕ੍ਰੇਸੀ ਇਹ ਬਹੁਤੇ ਨੇ, ਅਸੀਂ ਗੁਰੂ ਦੀ ਗੱਲ ਕੀ ਮੰਨ ਕੇ ਕਰਨੀ, ਉਹ ਤਾਂ ਇਕੱਲਾ ਹੀ ਹੈ ਸਾਡੇ ਨਾਲ ਅੱਜ ਇਉਂ ਹੋ ਰਹੀ। ਗੁਰੂ ਸੱਚ ਕਹਿੰਦਾ ਕਹਿੰਦਾ ਠੱਕ ਗਿਆ, ਪਰ ਜਿੰਨਾ 20, 50, 25 ਆਦਮੀਆਂ ਨੇ ਮਿਲ ਕੇ ਜੋ ਫੈਸਲੇ ਕਰ ਦਿੱਤੇ ਝਗੜ ਝਗੜ ਕੇ 14 ਸਾਲ, ਉਹਨੂੰ ਅਸੀਂ ਗੁਰੂ ਪੰਥ ਦਾ ਫੈਸਲਾ ਕਹਿ ਕੇ ਮੰਨ ਰਹੇ ਹਾਂ ਅਤੇ ਗੁਰੂ ਦਾ ਫੈਸਲਾ ਨਹੀਂ ਮੰਨ ਰਹੇ, ਕਿਉਂਕਿ ਗੁਰੂ ਨੇ ਆਪਣੇ ਸੰਪਾਦਨਾ ਵਿੱਚ ਉਹ ਰਚਨਾਵਾਂ ਨਹੀਂ ਪਾਈਆਂ, ਆਪਣੀ ਮਰਜ਼ੀ ਸੋਚ ਨਾਲ ਸਿਆਣਪ ਨਾਲ ਫੈਸਲੇ ਨਾਲ ਨਹੀਂ ਪਾਈਆਂ, ਅਤੇ ਉਹਨਾਂ 25 ਆਦਮੀਆਂ ਨੇ ਪਾ ਦਿੱਤੀਆਂ ਨੇ ਨਿਤਨੇਮ ਵਿੱਚ, ਅਰਦਾਸ ਵਿੱਚ, ਅੰਮ੍ਰਿਤ ਵਿੱਚ। ਹੁਣ ਸਾਡਾ ਸਭ ਕੁਝ ਉਹਨਾਂ 25 ਆਦਮੀਆਂ ਦੇ ਫੈਸਲੇ ਦੇ ਅਧੀਨ ਹੋ ਗਿਆ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਫੈਸਲੇ ਦੇ ਅਧੀਨ ਨਹੀਂ ਰਹੇ। ਹੁਣ ਤੁਸੀਂ ਦੱਸੋ ਕਿਵੇਂ ਫੈਸਲਾ ਕਰਨਾ ਹੈ। ਗੁਰੂ ਇਹ ਕਹਿੰਦਾ ਹੈ ਪਾਰਖ ਆਪ, ਗੁਰੂ ਅਰਜਨ ਸਾਹਿਬ ਪਾਰਖ ਆਪ ਸਾਹਿਬ, ਫੈਸਲਾ ਆਪ ਕਰਕੇ ਸੰਪਾਦਨ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਪਾਰਖ ਆਪ ਸਨ, ਆਪਣੇ ਫੈਸਲੇ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਵਿੱਚ ਸ਼ਾਮਿਲ ਕਰਕੇ ਸੰਪਾਦਨਾ ਕੀਤੀ ਔਰ ਉਸਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੂਪ ਦਿੱਤਾ। ਸਾਨੂੰ
ਗੁਰੂ ਦੇ ਫੈਸਲੇ, ਜਾਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੂੰ ਕਹੀਏ, ਤਾਂ ਸਾਡੇ ਹੁਣ ਵਾਲੇ ਇੱਕ ਜਥੇਦਾਰ ਨੇ ਕਿਹਾ ਇਸ 2016 ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਿਰ ਦੇਹ ਵਿੱਚ ਆਉਣਾ ਹੈ। ਉਹਨਾਂ ਨੇ ਕਿਹਾ ਆਖਿਓ ਭਲਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆ ਕੇ, ਉਹ ਜੇ ਉਹਨਾਂ ਦਾ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਹੁੰਦੇ 'ਚ ਆ ਗਿਆ, ਉਹਨਾਂ ਨੇ ਜ਼ਰੂਰ ਬਦਲਣੇ ਗ੍ਰੰਥ, ਉਹਨਾਂ ਨੇ ਉਹ ਰਚਨਾਵਾਂ ਵਿੱਚ ਪਾਉਣੇ। ਤੋ ਭਲਿਓ ਜਾਗੋ, ਵਿਚਾਰ ਕਰੋ, ਬਾਣੀ ਦੀ ਵਿਚਾਰ ਦੇਖ ਲਓ। ਸਾਡੇ ਗੁਰੂ ਨੇ ਬੜੀ ਚੇਤਨਤਾ ਨਾਲ ਪਾਰਖ ਨੂੰ ਵਸਤ ਸੰਭਾਲ ਲਈ, ਸ੍ਰੀ ਗੋਬਿੰਦ ਸਾਹਿਬ ਦੀ ਸੰਪਾਦਨਾ ਕਰ ਦਿੱਤੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਦਿੱਤੀ। ਛੋਟੇ ਖਰੇ ਪਰਖ ਕੇ ਜਿੰਨੇ ਖਰੇ ਸਨ, ਜੋ ਕੁਝ ਖਰੀ ਚੀਜ਼ ਸੀ ਉਹ ਖਜ਼ਾਨੇ ਵਿੱਚ ਪਾ ਲਏ। ਪਰ ਅਸੀਂ ਇਸ ਵਿਸ਼ਵਾਸ 'ਤੇ ਨਹੀਂ ਖਲੋ ਰਹੇ ਕਿ ਗੁਰੂ ਨੇ ਪਰਖ ਕੇ ਪਾਈ ਹੈ, ਉਹ ਪਾਰਖ ਆਪ ਹੈ, ਅਸੀਂ ਹੋਰ ਕਿਸੇ ਦੀ ਗੱਲ ਨੂੰ ਪਹਿਲ ਕਿਵੇਂ ਦੇਈਏ। ਹਾਲਾਂਕਿ ਗੁਰੂ ਫੈਸਲਾ ਦੇ ਰਿਹਾ, ਕਹਿੰਦੇ ਜਾਣਦਾ। ਮੈਂ ਕਹਿਆ ਸਭ ਹੁਕਮ ਆਓ ਜੀ, ਤੇ ਉਹਦਾ ਹੁਕਮ ਹੈ। ਗੁਰੂ ਨਾਨਕ ਕਹਿੰਦੇ ਨੇ ਇਹ ਉਹਦਾ ਹੁਕਮ ਹੈ ਜੋ ਮੈਂ ਦੱਸ ਰਿਹਾ ਕਹਿ ਰਿਹਾ। ਤੇ ਗੁਰੂ ਕਹਿੰਦੇ ਨੇ ਸੱਚਾ ਤੇਰਾ ਹੁਕਮ, ਜਿਹੜਾ ਤੂੰ ਫਰਮਾ ਰਿਹਾ ਨਾ ਬਾਣੀ ਰਾਹੀਂ, ਉਹ ਹੁਕਮ ਸੱਚਾ ਹੈ। ਤੇ ਜਾਣਿਆ ਕਿੰਨੇ? ਗੁਰਮੁਖ ਨੇ, ਜਿਹੜਾ ਗੁਰੂ ਵਾਲਾ, ਜਿਹੜਾ ਗੁਰੂ 'ਤੇ ਵਿਸ਼ਵਾਸ ਰੱਖਦਾ ਹੈ, ਉਸੇ ਨੇ ਜਾਣਿਆ। ਫੈਸਲਾ ਸਤਿਗੁਰੂ ਦਾ ਸੱਚਾ। ਬੋਲੇ ਸੋ
ਡੈਮੋਕ੍ਰੇਸੀ ਦਾ ਨਜਾਇਜ਼ ਫਾਇਦਾ ਨਾ ਉਠਾਓ। ਗੁਰੂ ਤਾਂ ਇੱਕੋ ਹੀ ਰਹਿਣਾ ਹੈ, ਇਹ ਗੁਰੂ ਨਾਲੋਂ ਤੋੜਨ ਲਈ ਹੀ ਗੁਰੂ ਪੰਥ ਸ਼ਬਦ ਦੇ ਕੇ ਨਾਲ ਉਹਨੂੰ ਵਿਅਕਤੀਆਂ ਵਿੱਚ ਗਿਣ ਦਿੱਤਾ ਕਿ ਜਿੱਥੇ ਬਹੁਤ ਸਾਰੇ ਵਿਅਕਤੀ ਹੋਣ ਫੈਸਲਾ ਕਰਨੋ ਗੁਰੂ ਪੰਥ ਦਾ ਫੈਸਲਾ ਹੈ। ਡੈਮੋਕ੍ਰੇਸੀ ਮਨੁੱਖ ਦੇ ਅੰਦਰ ਸੰਸਕਾਰ ਐਸੇ ਪਾ ਦਿੱਤੇ, ਗੁਰੂ ਇਕੱਲਾ ਬੋਲਦਾ, ਇੱਥੇ 50 ਆਦਮੀ ਬੋਲ ਰਹੇ ਨੇ ਅਤੇ ਬਾਬਾ ਕਬੀਰ ਦੀ ਗੱਲ ਸੱਚੀ ਹੋ ਜਾਂਦੀ। ਬੜੀ ਖੂਬਸੂਰਤ ਗੱਲ ਬਾਬਾ ਕਬੀਰ ਨੇ ਆਖੀ, ਕਹਿਣ ਲੱਗੇ, ਜੈ ਮਾਰਗ ਪੰਡਿਤ ਗਏ ਪਾਛੇ ਪਰੀ ਵਹੀ। ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ, ਜੈ ਮਾਰਗ ਪੰਡਿਤ ਗਏ ਪਾਛੇ ਪਰੀ ਵਹੀ, ਕਬ ਘਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਉਹ ਇਕੱਲੇ ਹੀ ਲੈ ਜਾਂਦੇ। ਹੁਣ ਤੁਸੀਂ ਇਹ ਫੈਸਲਾ ਕਰਨਾ ਕਿ ਗੁਰੂ ਇੱਕ ਹੈ। ਮੈਂ ਤੇ ਬਲਕਿ ਕਈ ਵਾਰ ਕਹਿੰਦਾ ਹੁਣ ਤਾਰੇ ਉਣਗਣ ਤੋਂ ਰਾਤ ਵੇਲੇ ਚੜ੍ਹਦੇ ਨੇ ਪਰ ਉਹ ਰੋਸ਼ਨੀ ਨਹੀਂ ਕਰ ਸਕਦੇ, ਰੋਸ਼ਨੀ ਇੱਕੋ ਹੀ ਹੁੰਦਾ ਚੰਦਰਮਾ ਜਿਹੜਾ ਕਰਦਾ ਹੈ। ਜਦੋਂ ਚੜ੍ਹਨੀ ਰਾਤ ਬਣਦੀ ਹੈ ਉਹ ਇੱਕੋ ਚੰਦਰਮਾ ਵੇਲੇ ਬਣਦੀ ਹੈ, ਨਹੀਂ ਤਾਂ ਅੰਧੇਰੀਆਂ ਰਾਤਾਂ ਵਿੱਚ ਤਾਰੇ ਹੀ ਤਾਰੇ ਚਮਕਦੇ ਨੇ, ਕੁਝ ਵੀ ਨਹੀਂ ਹੁੰਦਾ। ਬਹੁ ਗਿਣਤੀ ਇੱਕ ਨਜਾਇਜ਼ ਫਾਇਦਾ ਉਠਾਉਣ ਦਾ ਤਰੀਕਾ ਹੈ। ਫੈਸਲਾ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੇ ਅਧੀਨ ਹੋ ਕੇ ਹੋਣਾ ਹੈ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਲਈ ਫਿਰ ਮੈਂ ਆਖਿਆ ਦੁਬਾਰਾ, ਕਈ ਸੱਜਣ ਰਾਤ ਨਹੀਂ ਸੁਣਾਈ। ਇੱਕ ਫੈਸਲਾ ਕਰਕੇ ਜੀਵਨ ਵਿੱਚ ਤੁਰਿਆ ਹੋਇਆ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਹੈ। ਇਹ ਜਿਹੜਾ ਜਿਵੇਂ ਬਾਣੀ ਅੰਦਰ ਹੁਣੇ ਤੋਂ ਕਹੇ ਸੀ, ਜੇ ਸਾਥ ਰੱਖੀਏ ਦੀਜੇ ਰਲਾਏ ਜਾਂ ਪਰਖੀਏ ਖੋਟਾ ਹੋ ਜਾਏ, ਸਾਡਾ ਫਰਜ਼ ਬਣਦਾ ਅਸੀਂ ਪਰਖ ਪਰਖ ਕੇ ਉਸ ਖੋਟਿਆਂ ਨੂੰ ਆਪਣੇ ਖਜ਼ਾਨੇ ਵਿੱਚੋਂ ਕੱਢੀਏ, ਕਿਤੇ ਖੋਟਿਆਂ ਦਾ ਖਜ਼ਾਨਾ ਹੀ ਨਾ ਹੋ ਜਾਏ। ਜਿਵੇਂ ਮੈਂ ਹੁਣ ਕੀਤੀ ਸੀ ਵੀ ਸਾਰੀ ਜ਼ਿੰਦਗੀ ਬਚਪਨ ਦੀ ਪਹਿਲੀ ਜ਼ਿੰਦਗੀ ਮੈਂ ਵੀ ਪੜ੍ਹਦਾ ਰਿਹਾ, ਦੂਜਾ ਕਾਹੇ ਸਿਮਰੀਏ ਜਿਵੇਂ ਤੇ ਮਰ ਜਾਏ, ਇੱਕੋ ਸਿਮਰੋ ਨਾਨਕਾ ਜਾ ਉੱਠਾ ਲਿਆ ਸਮਾਏ। ਸਾਧਨ ਕੋਈ ਸਿਮ ਨਹੀਂ ਸੰਸਦੀ ਦੇ, ਸਾਧਨ ਕੋਈ ਨਹੀਂ ਸਨ ਪਛਾਣ ਦੇ। ਅਤੇ ਮੈਂ ਰਾਤ ਵੀ ਅਰਜ਼ ਕੀਤੀ ਸੀ ਜਦੋਂ ਪਹਿਲੇ ਦਿਨ ਮੇਰੇ ਸਾਹਮਣੇ ਭਾਈ ਮਹਿਤਾਬ ਸਿੰਘ ਨੇ ਦਿੱਲੀ ਮਾਡਲ ਟਾਊਨ ਦੇ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰੈਜੀਡੈਂਟ ਸਨ ਉਹਨਾਂ ਨੇ ਕੀਰਤਨ ਕਰਦਿਆਂ ਮੈਨੂੰ ਟੋਕ ਕੇ ਵਿੱਚ ਆਖਿਆ, ਭਾਈ ਸਾਹਿਬ ਬਾਣੀ ਤੋਂ ਬਾਹਰ ਨਾ ਜਾਓ। ਅਤੇ ਮੈਂ ਹੈਰਾਨ ਹੋਇਆ, ਬਾਣੀ ਤੋਂ ਬਾਹਰ ਕੀ ਗਿਆ? ਕਹਿੰਦਾ ਇਹ ਤੁਕ ਬਾਣੀ ਵਿੱਚ ਨਹੀਂ ਜੇ। ਮੈਂ ਆਖਾਂ ਬਾਣੀ ਵਿੱਚ ਉਹ ਕਹਿੰਦੇ, ਕਿਉਂਕਿ ਮੈਂ ਰਾਸ ਵਿੱਚ ਰੋਜ਼ ਪੜ੍ਹਦਾ ਰਿਹਾ ਸੀ। ਅਖੀਰ ਨੂੰ ਜਦੋਂ ਉਸ ਵਕਤ ਦੇ ਸਾਧਨ ਹੋਣ ਵਾਲੇ ਤਾਂ ਹੈ ਨਹੀਂ ਸਨ, ਕੰਪਿਊਟਰ ਵਾਲੇ, ਗੱਲ 45 ਸਾਲ ਪੁਰਾਣੀ, ਉਸ ਵਕਤ ਦੇ ਸਾਧਨ ਮੁਤਾਬਕ ਉਦੋਂ ਹੁੰਦਾ ਸੀ ਅਕਾਲੀ ਕੌਰ ਸਿੰਘ ਦਾ ਲਿਖਿਆ ਹੋਇਆ ਤੁਖ ਤਤ ਕਰਾ ਗੁਰ ਸ਼ਬਦ ਰਤਨ ਪ੍ਰਕਾਸ਼, ਉਹ ਜਾ ਕੇ ਪਾ ਲਿਆ, ਕੱਢਿਆ ਸਾਰਾ, ਵੇਖਿਆ ਉਹਦੇ 'ਚ ਤੋਕੀ ਕੋਈ ਨਾ। ਅਰਜ਼ ਕੀਤੀ ਸੀ ਸਾਡੇ ਨਾਲ ਸਾਥ ਰੱਖੀਏ ਦੀਜੇ ਰਲਾਏ ਦਾ ਬਹੁਤ ਕੁਝ ਹੋ ਰਿਹਾ ਹੈ। ਰਾਤ ਵੀ ਚੁਕਾਈਆਂ ਸਭ ਕੁਝ ਅਤੇ ਜਿਹੜੀਆਂ ਸਾਡੇ ਸਾਹਮਣੇ ਆ ਰਹੀਆਂ ਨੇ, ਇੱਕ ਨੇ ਕਈ ਅਨੇਕਾਂ ਆ ਗਈਆਂ ਨੇ। ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਮੰਦੇ ਕਮੀ ਨਾਨਕਾ ਜਲਤ ਕਰ ਮੰਦਾ ਹੋਏ, ਭਾਵੇਂ ਗੱਲਾਂ ਠੀਕ ਹੋਣ ਪਰ ਨਾਨਕ ਸ਼ਬਦ ਵੇ ਨਾਲ ਹੋਰ ਜੇ ਸਾਥ ਰੱਖੀਏ ਦੀਜੇ ਰਲਾਏ ਵਾਲਾ ਕੰਮ ਹੋ ਰਿਹਾ ਹੈ। ਨਾਨਕ ਸ਼ਬਦ ਵਰਤ ਕੇ ਉਹਦੇ ਨਾਲ ਸਾਡੀ ਅੰਮ੍ਰਿਤਮਈ ਸੱਚੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਸ਼ਾਮਿਲ ਹੋਈ ਹੈ ਉਸ ਬਾਣੀ ਵਿੱਚ ਮਿਲਾਵਟ ਹੋ ਰਹੀ ਹੈ ਅਤੇ ਉਹਦੇ ਵਿੱਚ ਹੀ ਇਹ ਲਾਈਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਬਿਲਕੁਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈਗੀ। ਅਸੀਂ ਨਾਨਕ ਸ਼ਬਦ ਤੋਂ ਇੰਨੇ ਪ੍ਰਭਾਵਿਤ ਹੋਏ ਹਾਂ ਕਿ ਭਾਈ ਗੋਪਾਲ ਸਿੰਘ ਵਰਗੇ ਕੀਰਤਨੀਆਂ ਨੇ ਨਾਨਕ ਨਾਮ ਸੁਰਦੀ ਕਲਾ ਦਾ ਕੀਰਤਨ ਕੀਤਾ, ਅੱਜ ਤੱਕ ਉਹਨਾਂ ਦਾ ਰਿਕਾਰਡ ਹੈ, ਸ਼ਬਦ ਬਣ ਗਏ ਗੁਰੂ ਕੀ ਹਜ਼ੂਰੀ 'ਚ ਕੱਚੀ ਬਾਣੀ ਪੜ੍ਹੀ ਜਾਣ ਲੱਗ ਪਈ। ਤੋ ਇਹ ਸਭ ਕੁਝ ਹੋ ਰਿਹਾ ਸਾਡੀ ਅਸੋਚ ਬਿਰਤੀ ਕਰਕੇ। ਇਸ ਲਈ ਅਸੀਂ ਤਾਂ ਫਿਰ ਬੇਨਤੀ ਕਰਦਾ
ਜੇ ਕਿਸੇ ਨੂੰ ਕੋਈ ਮਨ ਅੰਦਰ ਹੋਵੇ ਤਾਂ ਬੈਠ ਕੇ ਵਿਚਾਰ ਕਰ ਸਕਦਾ, ਪਰ ਫੈਸਲਾ ਇੱਕ ਕਰੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਦੀ ਕਿਸੇ ਵੀ ਰਚਨਾ ਨੂੰ ਜੇ ਕੋਈ ਪੜ੍ਹਨੀ ਹੈ ਤਾਂ ਪਤਾ ਹੋਵੇ ਕਿ ਕਹਿੰਦੀ ਹੈ, ਬਹਿ ਕੇ ਧੋਖਾ ਨਾ ਹੋਵੇ। ਜੇ ਕੋਈ ਕਵਿਤਾ ਦਾ ਕਿਸੇ ਥਾਂ 'ਤੇ ਕੋਈ ਕਥਾ ਕਰਦੇ ਹਾਂ ਜਾਂ ਵਿਆਖਿਆ ਕਰਦੇ ਹਾਂ, ਕਿਸੇ ਕਾਵਿ ਰਚਨਾ ਦਾ ਕਿਸੇ ਕਥਾ ਦਾ ਕੋਈ ਐਗਜ਼ਾਮਪਲ ਪ੍ਰਮਾਣ ਦਿੰਦਾ ਤਾਂ ਦੱਸੇ, ਕਹਿੰਦਾ ਕੋਈ ਗੁਰਬਾਣੀ ਦਾ ਪਰਿਖਾਣਾ ਪਵੇ ਕਿ ਕੱਲ੍ਹ ਨੂੰ ਕੋਈ ਪ੍ਰਕਾਸ਼ ਕਰਨ ਲੱਗ ਪਵੇ। ਇਸ ਲਈ ਅਸੀਂ ਤਾਂ ਵੀ ਇੱਥੇ ਨਾਨਕ ਨਾਮ ਚੜ੍ਹਦੀ ਕਲਾ ਦੀ ਥਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ। ਅਰਦਾਸ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲਾਈਨ ਸ਼ਾਮਿਲ ਕਰਕੇ ਸ਼ੁਰੂ ਕੀਤੀ ਹੈ, ਸਾਰਿਆਂ ਨੂੰ ਪਤਾ ਹੋਵੇ। ਕਈ ਵਾਰੀ ਵੀਰ ਅਰਦਾਸ ਵਿੱਚ ਖੜ੍ਹੇ ਹੋਏ ਉਡੀਕਦੇ ਰਹਿੰਦੇ ਨੇ ਵੀ ਖੋਰੇ ਨਾਨਕ ਨਾਮ ਚੜ੍ਹਦੀ ਕਲਾ ਕਦੋਂ ਆਵੇ ਮੱਥਾ ਟੇਕੀਏ। ਸਾਰੀ ਅਰਦਾਸ ਵੀ ਧਿਆਨ ਨਹੀਂ ਹੁੰਦਾ ਕਈ ਵਾਰੀ ਇਸ ਤੁਕ ਦੀ ਉਡੀਕ ਵਿੱਚ, ਸਾਰਿਆਂ ਨੂੰ ਪਤਾ ਹੋਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਤੁਕ ਨਹੀਂ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਇਹ ਲਾਈਨ ਵਿੱਚ ਰੱਖੀ ਹੈ, ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ। ਸਰਬੱਤ ਦਾ ਭਲਾ ਹੀ ਮੰਗਣਾ ਨਾ, ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ। ਤਾਂ ਕਿ ਇੱਥੋਂ ਦੇ ਅਕੈਡਮੀ ਦੇ ਚੁਣਨ ਵਾਲੇ ਵੀਰ ਭੈਣਾਂ ਬਜ਼ੁਰਗਾਂ ਨੂੰ ਪਤਾ ਹੋਵੇ ਕਿ ਇਸ ਲਾਈਨ ਨਾਲ ਆਪਾਂ ਅਰਦਾਸ ਦੀ ਸਮਾਪਤੀ ਕਰਨੀ ਹੈ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।